देश दे आजादी दिवस के मद्देनज़र बठिंडा पुलिस वालों सरप्राइज चैकिंग की गई। इस मौके डीएसपी सिटी ने सिटी मॉल, बस स्टैंड और रेलवे स्टेशन से सर्च अभियान चलाया और दसिया कि स्वतंत्रता दिवस को देखते हुए यह सर्च अभियान शुरू किया गया है जो कि लगातार दिन रात चलेगा और शहर के अलग अलग और भीड़ भाड़ वाले इलाकों में भी सर्च किया जा रहा है। ਉਹ ਲੈ ਕੇ ਬਸ ਕਨਸਰਨ ਨਾਲ ਲੈ ਕੇ ਅਸੀਂ ਜਿਹੜੀਆਂ ਵਾਈਟਲ ਇੰਸਟਾਲੇਸ਼ਨ ਹੈਗੀਆਂ ਉਹਨਾਂ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਜਿਹਦੇ ਵਿੱਚ ਇਹ ਸਿਟੀ ਮਾਲ ਜਿਹੜਾ ਹੈਗਾ ਇਹਦਾ ਇੱਕ ਪਾਰਟ ਸੀਗਾ। ਇਹ ਸਾਰੀ ਚੈੱਕ ਕੀਤੀ ਹੈ ਪਰ ਅਜੇ ਤੱਕ ਕੋਈ ਸਾਨੂੰ ਓਬਜੈਕਸ਼ਨ ਉਹਨੇ ਪਿੱਛੇ ਪੋਸਟ ਵਾਪਸ ਕਰਕੇ ਹੈ। ਇਸ ਤੋਂ ਬਾਅਦ ਜਿਹੜਾ ਹੋਏਗਾ ਆਪਣੇ ਥਰਮਲ ਪਲਾਂਟ ਅਤੇ ਪੀ ਐੱਸ ਐੱਨ ਐਲ ਐਕਸਚੇਂਜ ਅਤੇ ਦੂਰਦਰਸ਼ਨ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।